स्टार्टअप विच एक बार फिर थोड़ा स्वागत है जी। अज फिर थोड़े नाल सांझ पावांगे स्टार्टअप दे विच ते अज गल करांगे मॉर्गेज इंडस्ट्री बारे कि कोविड 19 दे नाल मॉर्गेज इंडस्ट्री ते की फर्क पिया, कोई ढिल हुई है जां कोई सख्ताई हुई है जां किस किस तरह दी जिहड़ियां चेंजेस आईयां ने मॉर्गेज इंडस्ट्री दे विच। सो इस लई हमेशा अपने नाल हाजिर हुंदे ने, चर्चा विच शामिल हुंदे ने परमिंदर मांगड़ जी, मॉर्गेज ब्रोकर ने ते काफ़ी लंबा तजर्बा रखते हैं, वक् वक् बैंकों के नाल भी काम किया ते हुण इह इंडिपेंडेंट मॉर्गेज ब्रोकर ने। परमिंदर जी मांगड़ साहब थोड़ा स्वागत है जी। थैंक यू जी, मैं इत्थे अपने दर्शकों के रूबरू करन दा। काफ़ी देर बाद आपां मॉर्गेज ते दुबारा गल कर रहे हैं, मेरे ख्याल 5-6 महीने पहलां आपां गल कीती सीगी ते उदों जिहड़ा समा कुछ होर सीगा, पर हुण जिहड़ा समा है क्योंकि कोरोना वायरस दे नाल काफ़ी जिहड़ा हर जिहड़ी इंडस्ट्री उहनूं फर्क पिया ते पहलां तां तुसीं मांगड़ साहब इह अपने दर्शकां नाल सांझा करो वी मॉर्गेज इंडस्ट्री नूं वी कोई फर्क पिया इहदे नाल। हाँ जी, मॉर्गेज इंडस्ट्री नूं थोड़ा बहुत फर्क जरूर पिया। जिदा मेन बैंकां ने जिहड़े ए लैंडर ने उहनां दा तां ज्यादा कोई नहीं चेंजेस उहनां ने कीतियां ਉਹਦੇ ਵਿੱਚ, ਪਰ ਜਿਹੜੇ ਬੀ ਲੈਂਡਿੰਗ ਸੀ ਜਿਹੜੀਆਂ ਟਰਸਟ ਕੰਪਨੀਆਂ ਨੇ ਉਹਨਾਂ ਨੇ ਕਈ ਰੂਲ ਆਪਣੇ ਸਟ੍ਰਿਕਟ ਕਰਤੇ, ਜਿਹੜੀ ਲੋਨ ਟੂ ਵੈਲਿਊ ਹੈਗੀ ਆ ਉਹ ਵੀ ਉਹਨਾਂ ਨੇ ਥੋੜੀ ਜਿਹੀ ਘੱਟ ਕਰ ਦਿੱਤੀ ਆ ਤੇ ਰੇਟ ਵੀ ਥੋੜੇ ਜਿਹੇ ਅਪ ਕਰ ਦਿੱਤੇ ਉਹਨਾਂ ਨੇ। ਤੇ ਵੈਸੇ ਤਾਂ ਚਾਹੀਦਾ ਇਹ ਸੀਗਾ ਵੀ ਜਿਵੇਂ ਕਿ ਹੁਣ ਸਰਕਾਰ ਨੇ ਜਿਹੜੀ ਬੈਂਕ ਆਫ ਕੈਨੇਡਾ ਨੇ ਰੇਟ ਦੇ ਵਿੱਚ ਕੋਈ ਪ੍ਰਾਈਮ ਰੇਟ 'ਚ ਕੋਈ ਤਬਦੀਲੀ ਨਹੀਂ ਕੀਤੀ, ਵੀ ਇਹਨਾਂ ਨੂੰ ਥੋੜ੍ਹਾ ਹੁਣ ਢਿੱਲ ਦੇਣੀ ਚਾਹੀਦੀ ਸੀਗੀ। ਅਤੇ ਇੱਕ ਗੱਲ, ਜਦੋਂ ਇਹ ਪੈਂਡਾਮਿਕ ਆਇਆ ਇੱਕ ਗੱਲ ਸਰਕਾਰ ਵੱਲੋਂ ਕੀਤੀ ਗਈ ਸੀਗੀ ਵੀ ਜਿਹੜੇ ਲੋਕ ਇਸ ਸਮੇਂ ਦੇ ਵਿੱਚ ਆਪਣੀ ਮੌਰਗੇਜ ਦੀ ਪੇਮੈਂਟ ਨਹੀਂ ਦੇ ਸਕਦੇ ਤਾਂ ਮੌਰਗੇਜ ਡੈਫਰਡ ਕਰ ਸਕਦੇ ਨੇ, ਉਹਦੇ ਬਾਰੇ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਹੈ ਕਿ ਜਿਹੜਾ ਈਜ਼ੀਲੀ ਜਿਹੜੀ ਮੌਰਗੇਜ ਡੈਫਰਡ ਹੋ ਜਾਂਦੀ ਹੈ ਤਾਂ ਇਹਦੇ ਲਈ ਵੀ ਕੇਸ ਟੂ ਕੇਸ ਹੀ ਜਿਹੜਾ ਦੇਖਣਾ ਪੈਂਦਾ? ਨਹੀਂ, ਹੋ ਤਾਂ ਈਜ਼ੀਲੀ ਜਾਂਦੀ ਹੈ ਤਾਂ ਕੇਸ ਟੂ ਕੇਸ ਆ, ਜਿਹਦੇ ਹੁਣ ਬੰਦੇ ਨੇ ਮਤਲਬ ਕੱਲ ਕਲੋਜ਼ਿੰਗ ਹੋਈ ਆ, ਅੱਜ ਉਹ ਕਰਨ ਨੂੰ ਕਹਿੰਦਾ ਬੈਂਕਾਂ ਕਈ ਨਹੀਂ ਕਰਦੀਆਂ ਉਹਨੂੰ, ਪਰ ਜਿਨ੍ਹਾਂ ਦੀਆਂ 4-5 ਮਹੀਨੇ ਤੋਂ ਪੁਰਾਣੀਆਂ ਉਹ ਹੈਗੀਆਂ ਨੇ ਮੌਰਗੇਜਾਂ ਲਈਆਂ ਹੋਈਆਂ ਨੇ ਚੱਲਦੀਆਂ ਨੇ, ਉਹਨਾਂ ਦੀ ਈਜ਼ੀਲੀ ਹੋਈ ਜਾਂਦੀ ਹੈ। ਜਿਹੜੀਆਂ ਇਹ ਪ੍ਰੋਪਰਟੀ ਦੀ ਨਹੀਂ, ਜਿਹੜੀਆਂ ਮਰਜ਼ੀ ਪ੍ਰੋਪਰਟੀ ਨੇ ਬੰਦੇ ਦੀ ਮੌਰਗੇਜ ਬੈਂਕ ਨਾਲ ਚੱਲਦੀ ਹੈ ਉਹਨਾਂ ਦੀ ਈਜ਼ੀਲੀ ਹੋਈ ਜਾਂਦੀ, ਕਿਉਂਕਿ ਜਿਹੜੀ ਹੁਣ ਇਨਵੈਸਟਮੈਂਟ ਪ੍ਰੋਪਰਟੀ ਰੈਂਟ ਤੇ ਦਿੱਤੀ ਹੋਈ ਹੈ ਉਹ ਵੀ ਹੁਣ ਰੈਂਟ ਆਉਣੇ, ਕਈਆਂ ਨੂੰ ਬੰਦ ਹੋ ਗਏ ਨੇ ਜੇ ਹੁਣ ਕਿਸੇ ਦੀਆਂ ਜੌਬਾਂ ਨਹੀਂ ਰਹੀਆਂ ਤੇ ਉਹਨਾਂ ਦੀ ਵੀ ਡੈਫਰਮੈਂਟ ਕਰਦੀ ਹੈ। ਅੱਛਾ ਮਾਂਗੜ ਸਾਹਿਬ, ਜਿਹੜੀ ਹੁਣ ਡੈਫਰਡ ਮੌਰਗੇਜ ਦੀ ਗੱਲ ਹੋ ਰਹੀ ਹੈ ਇਹਦੇ ਬਾਰੇ ਵੀ ਕਈ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਵੀ ਇਹ ਕਰਾਉਣੀ ਚੰਗੀ ਹੈ ਜਾਂ ਨਹੀਂ ਚੰਗੀ, ਤੁਸੀਂ ਦੱਸੋ ਵੀ ਜੇ ਬੰਦਾ ਅਫੋਰਡ ਕਰਦਾ ਤੇ ਕੀ ਉਹਨੂੰ ਵੀ ਮੌਰਗੇਜ ਡੈਫਰ ਕਰਾਉਣ 'ਚ ਕੋਈ ਫਾਇਦਾ ਹੈ ਜਾਂ ਉਹਨੂੰ ਰੈਗੂਲਰ ਚਲੀ ਜਾਣ ਦੇਣੀ ਚਾਹੀਦੀ? ਦੇਖੋ, ਇਹਦੇ 'ਚ ਫਾਇਦਾ ਤਾਂ ਕੋਈ, ਜੇ ਫਾਈਨੈਂਸ਼ੀਅਲੀ ਕਹੀਏ ਕੋਈ ਫਾਇਦਾ ਤਾਂ ਨਹੀਂ ਹੈਗਾ, ਅਖੀਰ ਨੂੰ ਤੁਹਾਨੂੰ ਜਿਹੜਾ ਇੰਟਰਸਟ ਬਣਦਾ ਉਹ ਵਿਦ ਇੰਟਰਸਟ ਤੁਹਾਨੂੰ ਦੇਣਾ ਹੀ ਪੈਣਾ। ਪਰ ਜੇ ਹੁਣ ਜਿੱਦਾਂ ਹੁਣ ਕਈ ਬੰਦੇ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਘਰ ਜਾਂਦਾ ਲੱਗਦਾ, ਉਹ ਘਰ ਬਚਾਉਣ ਲਈ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਇਹ ਕੰਮ ਕਰਨਾ। ਜਿਹੜਾ ਬੰਦਾ ਅਫੋਰਡ ਕਰਦਾ ਮੈਂ ਉਹਨੂੰ ਕਹਿ ਰਿਹਾ ਕਿ ਵੀ ਉਹ ਨਾ ਕਰੇ ਤਾਂ ਵਧੀਆ ਕਰਦਾ, ਕੋਈ ਜ਼ਰੂਰੀ ਨਹੀਂ ਉਹਨੂੰ ਕਰਨ ਦੀ ਜੇ ਅਫੋਰਡ ਕਰ ਸਕਦਾ। ਤੇ ਦੂਸਰਾ ਇੱਕ ਚੀਜ਼ ਇਹਦੇ ਵਿੱਚ ਮੈਂ ਐਡ ਕਰਨੀ ਚਾਹੁੰਦਾ ਵੀ ਜੇ ਹੁਣ ਕਿਸੇ ਦੇ ਜਿੱਦਾਂ ਉੱਦਾਂ ਤਾਂ ਅਫੋਰਡ ਕਰ ਸਕਦਾ ਮੌਰਗੇਜ ਪੇਪਰ ਉਹ, ਠੀਕ ਹੈ, ਪਰ ਉਹਦੇ ਕਾਰਡਾਂ ਦੇ ਉੱਤੇ ਡੈਟ ਬਹੁਤ ਜ਼ਿਆਦਾ ਨੇ, ਇੰਟਰਸਟ ਰੇਟ ਜਿਹੜਾ ਹੈਗਾ 10% ਆ, 18% ਆਟੀਆਂ ਦੇ ਉੱਤੇ, ਹੈ ਨਾ, ਤੇ ਅਗਰ ਉਹ ਡੈਫਰ ਪੇਮੈਂਟ ਕਰਕੇ ਆਪਣੀ ਜਿੰਨੀ ਮੌਰਗੇਜ ਪੇਮੈਂਟ ਬਣਦੀ ਆ ਉਹ ਕਾਰਡਾਂ ਕੁਡਾਂ ਦੀ ਲਾ ਲੈਣ ਤੇ ਉਹ ਉਹਨਾਂ ਨੂੰ 6 ਮਹੀਨੇ ਬਾਅਦ ਸੌਖੇ ਹੋ ਜਾਣਗੇ ਉਹ ਨਿਬੇੜ ਕੇ ਕੰਮ, ਠੀਕ ਹੈ। ਥੋੜੇ ਪੰਜਾਬ ਬੈਂਕਾਂ ਦਾ ਇੰਟਰਸਟ ਰੇਟ ਹੈਗਾ ਮੌਰਗੇਜ ਤੁਹਾਡਾ ਐਵਰੇਜ 3% ਦੇ ਕਰੀਬ ਹੈਗਾ, ਜਿਹੜੇ ਕਾਰਡਾਂ ਦੇ ਉੱਤੇ 10 ਤੋਂ ਲੈ ਕੇ 18-19% ਤੱਕ ਇੰਟਰਸਟ ਰੇਟ। ਅੱਛਾ, ਇਸ ਸਮੇਂ ਦੇ ਵਿੱਚ ਹੁਣ ਕਈ ਜਿਹੜੇ ਲੋਕ ਨੇ ਉਹਨਾਂ ਨੂੰ ਪੈਸੇ ਦੀ ਵੀ ਲੋੜ ਹੋ ਸਕਦੀ ਹੈ, ਕਿਸੇ ਤਰ੍ਹਾਂ ਦਾ ਕੋਈ ਲੋਨ ਲੈਣਾ, ਕੋਈ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਨੇ, ਇਹ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਵੱਲੋਂ? ਜਿਨ੍ਹਾਂ ਦੇ ਘਰਾਂ ਦੇ ਵਿੱਚ ਇਕੁਇਟੀ ਹੈਗੀ ਆ, ਇਕੁਇਟੀ ਹੈਗੀ ਆ, ਉਹਨਾਂ ਨੂੰ ਇਸ ਟਾਈਮ ਤੇ ਆਪਣੀ ਲਾਈਨ ਆਫ ਕ੍ਰੈਡਿਟ ਵਗੈਰਾ ਜਾਂ ਮੌਰਗੇਜ ਰੀਫਾਈਨੈਂਸ ਕਰਨ ਵਾਲੀ ਆ ਕਰਾ ਲੈਣੀ ਚਾਹੀਦੀ ਹੈ ਤਾਂ ਕਿ ਐਮਰਜੈਂਸੀ ਕਿਤੇ ਜ਼ਰੂਰਤ ਪਵੇ ਤਾਂ ਫੰਡ ਯੂਜ ਕਰ ਸਕੇ। ਇਹ ਕਿ ਵੀ ਹੁਣ ਇਸ ਸਮੇਂ ਦੇ ਵਿੱਚ ਕੋਈ ਇਹ ਆ ਵੀ ਘੱਟ ਕੰਡੀਸ਼ਨਸ ਪੁੱਛੀਆਂ ਜਾਂਦੀਆਂ ਬੈਂਕਾਂ ਜਾਂ ਲੈਂਡਰਸ ਵੱਲੋਂ? ਨਹੀਂ, ਉਹ ਇੱਦਾਂ ਦਾ ਕੋਈ ਨਹੀਂ ਹੈ, ਉਹ ਨੋਰਮਲੀ ਚੱਲਦਾ ਹੈਗਾ। ਜਿਹੜੇ ਇਹ ਲੈਂਡਰ ਨੇ ਬੈਂਕਾਂ ਨੇ ਖਾਸ ਕਰਕੇ ਉਹਨਾਂ ਦੇ ਤਾਂ ਉਹਨਾਂ ਨੇ ਰੂਲ ਦੇ ਵਿੱਚ ਕੋਈ ਏਦੀ ਤਬਦੀਲੀ ਨਹੀਂ ਕੀਤੀ ਹੈ ਖਾਸ, ਠੀਕ ਹੈ, ਮਤਲਬ ਜਿੱਦਾਂ ਜੋ ਪਹਿਲਾਂ ਸਿਸਟਮ ਚੱਲ ਰਿਹਾ ਸੀ ਉਹਦੇ ਨਾਲ ਹੋ ਰਹੀਆਂ ਨੇ, ਇਹ ਸਿਰਫ ਜਿਹੜੀ ਬੀ ਲੈਂਡਿੰਗ ਹੈਗੀ ਆ ਉਹਨਾਂ ਨੇ ਥੋੜਾ ਜਿਹਾ ਸਟ੍ਰਿਕਟ ਕੀਤਾ ਹੈ। ਅੱਛਾ ਜੀ, ਉਹਨਾਂ ਨੇ ਲੋਨ ਵੈਲਿਊ ਕਿਤੇ ਡਾਊਨ ਪੇਮੈਂਟ ਵੀ ਵੱਧ ਕੀਤੀ ਹੈਗੀ ਆ, ਤੁਹਾਨੂੰ ਰੇਟ ਵੀ ਵੱਧ ਕਰ ਦਿੱਤੇ,
ਅਤੇ ਇਨਕਮ ਡਾਕੂਮੈਂਟ ਵੀ ਜ਼ਿਆਦਾ ਮੰਗਣ ਲੱਗ ਪਏ। ਤੇ ਹੁਣ ਜਿਹੜੀ ਲੋਨ ਟੂ ਵੈਲਿਊ ਕਿੰਨੀ ਕੁ ਜਿਹੜੀ ਹੁਣ ਜਿਹੜੀਆਂ ਬੀ ਲੈਂਡਰ ਦਿੰਦੇ ਨੇ? ਬੀ ਲੈਂਡਰ ਹੁਣ ਇਹਨਾਂ ਨੇ ਮੋਸਟਲੀ ਉਹਨਾਂ ਨੇ ਲੋਨ ਟੂ ਵੈਲਿਊ 75% ਕਰ ਦਿੱਤੀ ਹੈ, ਜੇ ਆਪਾਂ ਕਹਿ ਲਈਏ ਵੀ ਡਾਊਨ ਪੇਮੈਂਟ 25% ਕਰ ਦਿੱਤੀ। ਠੀਕ ਹੈ। ਜਿਵੇਂ ਕਿ ਤੁਸੀਂ ਕਾਫ਼ੀ ਲੰਬੇ ਸਮੇਂ ਤੋਂ ਮੋਰਗੇਜ ਇੰਡਸਟਰੀ ਵਿੱਚ ਹੋ, ਹਰ ਤਰ੍ਹਾਂ ਦੀ ਤੁਸੀਂ ਮੋਰਗੇਜ ਸੰਬੰਧੀ ਸੇਵਾਵਾਂ ਦਿੰਦੇ ਹੋ, ਇਹ ਸਾਡੇ ਦਰਸ਼ਕਾਂ ਨੂੰ ਪਤਾ, ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਨੇ ਉਹ ਤੁਹਾਡੇ ਤੋਂ ਸੇਵਾਵਾਂ ਲੈਂਦੇ ਵੀ ਰਹਿੰਦੇ ਨੇ, ਇਹਨਾਂ ਇਸ ਔਖੇ ਸਮੇਂ ਦੇ ਵਿੱਚ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਜਿਹੜੇ ਆਉਂਦੇ ਨੇ ਕੇਸਿਸ? ਨਹੀਂ, ਸਾਡੇ ਕੋਲ ਦੋਨਾਂ ਟਾਈਪ ਦੇ ਨੇ, ਬੀ ਸਾਈਡ ਵਾਲੇ ਬੀ ਲੈਂਡ ਨਾਲ ਜਿਹੜੇ ਕੁਆਲੀਫਾਈ ਕਰਦੇ ਆ ਉਹ ਵੀ ਆਉਂਦੇ ਨੇ, ਜਿਹੜੇ ਬੈਂਕਾਂ ਨਾਲ ਕੁਆਲੀਫਾਈ ਕਰਦੇ ਆ ਉਹ ਵੀ ਆਉਂਦੇ ਆ। ਜਿਹੜਾ ਜੇ ਕਹੀਏ ਸਾਡੇ ਕੋਲ ਮੋਰਗੇ ਤਾਂ ਬਹੁਤਾ ਜ਼ਿਆਦਾ ਫਰਕ ਨਹੀਂ ਪਿਆ, ਥੋੜੀ ਜਿਹੀ ਪਰਚੇਜ ਜ਼ਰੂਰ ਘਟੀ ਆ, ਪਰ ਜਿਹੜੇ ਰੀਫਾਈਨੈਂਸ ਹੈ ਅਤੇ ਦੂਜੇ ਹੈਗੇ ਨੇ ਉਹ ਉੱਧਰ ਹੀ ਰਸ਼ ਹੈਗਾ ਉੱਥੇ। ਇਹ ਵੀ ਕਿਹਾ ਜਾ ਰਿਹਾ ਵੀ ਇਸ ਕਰੋਨਾ ਵਾਇਰਸ ਕਰਕੇ ਜਿਹਨਾਂ ਲੋਕਾਂ ਦੀਆਂ ਜੋਬਸ ਚਲੇ ਗਈਆਂ ਨੇ ਅਤੇ ਉਹਨਾਂ ਦੀ ਘਰਾਂ ਦੀ ਕਲੋਜ਼ਿੰਗ ਸੀਗੀ, ਉਹਨਾਂ ਨੂੰ ਕਾਫੀ ਇਫੈਕਟ ਪਿਆ ਇਹਦੇ ਨਾਲ, ਕੋਈ ਹੈ ਇਸ ਤਰ੍ਹਾਂ? ਜਿਨ੍ਹਾਂ ਦੀਆਂ ਤਾਂ ਪਹਿਲਾਂ ਅਪਰੂਵ ਹੋਈਆਂ ਹੋਈਆਂ ਨੇ ਮੋਰਗੇਜਾਂ, ਹਾਂਜੀ, ਉਹਨਾਂ ਨੂੰ ਫਰਕ ਨਹੀਂ ਪਿਆ ਕੋਈ, ਉਹ ਜਿਹਨਾਂ ਬੈਂਕਾਂ ਓਨਰ ਕਰਦੀਆਂ ਨੇ ਜਿਹੜੀਆਂ ਪਹਿਲਾਂ ਅਪਰੂਵ ਹੋਈਆਂ ਨੇ, ਤੇ ਜਿਹੜੇ ਹੁਣ ਤੁਸੀਂ ਨਵੀਂ ਐਪਲੀਕੇਸ਼ਨ ਲਾਓਗੇ ਉਹਦੇ ਤੇ ਜ਼ਰੂਰ ਫਰਕ ਪਊ। ਅੱਛਾ, ਜਿਵੇਂ ਹੁਣ ਕਿਉਂਕਿ ਕੋਵਿਡ-19 ਦੇ ਨਾਲ ਜਿਹੜਾ ਬੈਂਕ ਆਫ ਕੈਨੇਡਾ ਨੇ ਆਪਣਾ ਕੋਈ ਰੇਟ ਨਹੀਂ ਵਧਾਇਆ, ਅਤੇ ਜਿਹੜੀਆਂ ਆਮ ਬੈਂਕਾਂ ਨੇ ਇਹਨਾਂ ਵੱਲੋਂ ਵੀ ਕੋਈ ਢਿੱਲ ਦਿੱਤੀ ਗਈ ਆਪਣੇ ਰੇਟ ਵਿੱਚ ਕਿ ਉਹ ਪਹਿਲੇ ਵਾਲੇ ਰੇਟ ਸੀ ਜੋ ਕੋਵਿਡ-19 ਤੋਂ ਪਹਿਲਾਂ ਸੀ? ਨਹੀਂ, ਇਹਨਾਂ ਨੇ ਢਿੱਲ ਨਹੀਂ ਦਿੱਤੀ ਜੀ, ਇਹਨਾਂ ਨੇ ਜੋ ਬੈਂਕ ਦੇ ਰੇਟ ਘੱਟ ਕੀਤੇ ਇਹਨਾਂ ਨੇ ਆਪਣੇ ਡਿਸਕਾਊਂਟ ਘਟਾ ਦੇ। ਅੱਛਾ ਜੀ, ਸੌਰੀ, ਇਹਨਾਂ ਨੇ ਆਪਣੇ ਰੇਟ ਜਿਹੜੇ ਡਿਸਕਾਊਂਟ ਦੇ, ਜਿੱਦਾਂ ਹੁਣ ਅੱਗੇ ਪ੍ਰੀਮੀਅਮ ਰੇਟ ਦਿੰਦੇ ਸੀ, ਪ੍ਰਾਈਮ ਮੈਂਸ ਕੁਝ ਦਿੰਦੇ ਸੀ, ਹਾਂਜੀ, ਤੇ ਉਹਨਾਂ ਨੇ ਹੁਣ ਉਹ ਪ੍ਰਾਈਮ ਦੇ ਉੱਤੇ ਕਰ, ਮਤਲਬ ਕੋਈ ਇੰਨਾ ਬਾਹਲਾ ਬੈਂਕਾਂ ਵੱਲੋਂ ਇੰਨਾ ਕੋਈ ਬਾਹਲਾ ਫਰਕ ਨਹੀਂ ਪਿਆ। ਅੱਛਾ, ਜਿਹੜਾ ਨਾਲ ਇਹ ਪਹਿਲਾਂ ਸਟ੍ਰੈਸ ਟੈਸਟ ਕੀਤਾ ਜਾਂਦਾ ਸੀਗਾ ਵੀ ਜੋ ਤੁਹਾਨੂੰ ਐਕਚੁਅਲ ਰੇਟ ਮਿਲਣਾ ਉਹ ਤੋਂ ਵੱਧ ਰੇਟ 'ਤੇ ਤੁਹਾਡਾ ਜਿਹੜੀ ਅਵੈਲੂਏਸ਼ਨ ਕੀਤੀ ਜਾਂਦੀ ਸੀਗੀ ਵੀ ਕੀ ਬੰਦਾ ਇੰਨਾ ਜਿਹੜਾ ਬੋਝ ਸਹਾਰ ਸਕਦਾ, ਉਹ ਸਟ੍ਰੈਸ ਟੈਸਟ ਦੇ ਵਿੱਚ ਵੀ ਸਰਕਾਰ ਵੱਲੋਂ ਜਾਂ ਬੈਂਕਾਂ ਵੱਲੋਂ ਕੋਈ ਢਿੱਲ ਹੋਈ ਹੈ ਜਾਂ ਨਹੀਂ? ਨਹੀਂ, ਉਹਦਾ ਜਿੱਦਾਂ ਪੋਸਟਲ ਰੇਟ ਥੋੜ੍ਹੇ ਜਿਹੇ ਥੱਲੇ ਆਏ ਨੇ ਉਹਦੇ ਕਰਕੇ ਥੋੜ੍ਹੀ ਜਿਹੀ ਰਿਲੈਕਸੇਸ਼ਨ ਮਿਲੀ ਹੈਗੀ ਆ, ਵੈਸੇ ਹੋਰ ਕੋਈ ਮਤਲਬ ਇਹਦੇ 'ਚ ਰਿਲੈਕਸੇਸ਼ਨ ਨਹੀਂ। ਅੱਛਾ, ਜਿਹਨਾਂ ਆਪਣੇ ਤੁਹਾਡੇ ਜਿਹੜੇ ਕਸਟਮਰ ਵੀ ਨੇ ਅਤੇ ਪੰਜਾਬ ਸਟਾਰ ਟੀਵੀ ਦੇ ਦਰਸ਼ਕ ਵੀ ਨੇ, ਜਿਹਨਾਂ ਨੇ ਹੁਣ ਸੋਚ ਰਹੇ ਨੇ, ਪਹਿਲਾਂ ਵੀ ਸੋਚ ਰਿਹਾ ਸੀਗਾ ਵੀ ਮੈਂ ਮੋਰਗੇਜ ਸਵਿਚ ਕਰਨੀ ਆ ਜਾਂ ਇਸ ਤਰ੍ਹਾਂ ਦਾ ਕੋਈ ਪਲਾਨ ਬਣਾ ਰਿਹਾ ਸੀ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ? ਉਹਨਾਂ ਲਈ ਮੈਂ ਕਹਾਂਗਾ ਵੀ ਉਹਨਾਂ ਜੇ ਚਾਹੁੰਦੇ ਨੇ ਉਹਨਾਂ ਦੇ ਸਵਿਚ ਕਰਨ ਦਾ ਹੈਗਾ ਤਾਂ ਉਹ ਜਲਦੀ ਕਰ ਲੈਣ, ਕਿਉਂਕਿ ਡਾਊਨ ਦੀ ਰੋਡ ਪਤਾ ਨਹੀਂ ਪ੍ਰੋਪਰਟੀ ਦੀ ਪ੍ਰਾਈਸ ਜਿੱਦਾਂ ਇਹ ਮਹਾਮਾਰੀ ਜਿਹੜੀ ਇੱਕ ਨਜ਼ਰ ਤੱਕ ਚੱਲੂਗੀ, ਪ੍ਰੋਪਰਟੀ ਦੀ ਵੈਲਿਊ ਵੀ ਥੱਲੇ ਆ ਸਕਦੀ ਆ, ਉਹਨਾਂ ਦੇ ਕੰਮ ਨੂੰ ਵੀ ਫਰਕ ਪੈ ਸਕਦਾ, ਜਿਹੜੇ ਬੰਦਿਆਂ ਦੇ ਘਰ ਦੇ ਵਿੱਚ ਵੀ ਹੈਗੀ ਆ ਤੇ ਕੁਆਲੀਫਾਈ ਕਰਦੇ ਹੈਗੇ ਨੇ, ਕੰਮ ਕਰਦੇ ਨੇ, ਉਹਨਾਂ ਨੂੰ ਕਰਾ ਲੈਣਾ ਚਾਹੀਦਾ। ਠੀਕ ਹੈ, ਮਤਲਬ ਇਹ ਉਹਨਾਂ ਲਈ ਠੀਕ ਸਮਾਂ ਆ ਵੀ ਜੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਪੈਸੇ ਦੀ ਲੋੜ ਪੈਂਦੀ ਤਾਂ ਹੁਣ ਉਹ ਛੇਤੀ ਆਪਣੀ ਜਿਹੜੀ ਮੋਰਗੇਜ ਆ ਜਾਂ ਜਿਹੜੀ ਆਪਣੀ ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਨੇ ਉਹ ਬਣਾ ਸਕਦੇ ਨੇ, ਇਹਦੇ ਲਈ ਤੁਸੀਂ ਪਰਮਿੰਦਰ ਮਾਗਟ ਉਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਅੱਛਾ ਮਾਗਟ ਸਾਹਿਬ, ਆਪਾਂ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਜਿਹੜਾ ਜੇ ਤੁਸੀਂ ਤੁਹਾਡੇ ਕੋਲ ਕੋਈ ਮੋਰਗੇਜ ਆਉਂਦਾ ਅਤੇ ਮੋਰਗੇਜ ਕਰਵਾਉਣ ਲਈ ਆਉਂਦਾ ਅਤੇ ਹੁਣ ਕਿਹੜਾ ਕਿਸ ਤਰ੍ਹਾਂ ਦਾ ਕਿੰਨਾ ਕੁ ਰੇਟ ਆ ਜਿਹੜਾ ਤੁਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਦਵਾ ਸਕਦੇ ਹੋ? ਦੇਖੋ, ਮੈਂ ਡਿਪੈਂਡ ਕਰਦਾ ਬੈਂਕ ਟੂ ਬੈਂਕ, ਹਰ ਬੈਂਕ ਦੇ ਉਹ ਆਪਣੇ ਰੇਟ ਨੇ ਥੋੜਾ ਬਹੁਤਾ ਫਰਕ ਹੈਗਾ, ਨਹੀਂ ਜਿੱਦਾਂ ਹੈਗਾ 279 ਤੋਂ ਲੈ ਕੇ ਜਿਹੜੇ ਫਿਕਸ ਰੇਟ ਦੇ 2.94 ਤੱਕ ਹੈਗੇ ਨੇ, ਤੇ ਵੇਰੀਏਬਲ ਜਿਹੜਾ ਹੈਗਾ ਪ੍ਰਾਈਮ ਦੇ ਉੱਪਰ 2.4। ਅੱਛਾ, ਜਿਹੜਾ ਹੁਣ ਜਿਹੜਾ ਸਰਕਾਰ ਵੱਲੋਂ ਵੀ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੇ ਵਿਆਜ ਦਰ ਨੇ ਕਾਫੀ ਲੋਅ ਨੇ, ਤੁਸੀਂ ਕੀ ਸੁਜੈਸਟ ਕਰਦੇ ਹੋ ਜਿਹਨਾਂ ਨੇ ਮੋਰਗੇਜ ਲੈਣੀ ਆ ਵੀ ਹੁਣ ਇਹ ਆਪਣੀ ਮੋਰਗੇਜ ਕਲੋਜ਼ਡ ਕਰਾਉਣ ਜਾਂ ਵੇਰੀਏਬਲ ਰੱਖਣੀ ਚੰਗੀ ਹੈ? ਮੇਰੇ ਮੈਂ ਸੁਜੈਸਟ ਕਰੂੰਗਾ ਕਿ ਵੇਰੀਏਬਲ ਹੀ ਰੱਖ ਲੈਣ, ਕਿਉਂਕਿ ਹਜੇ ਬੈਂਕਾਂ ਨੇ ਮਤਲਬ ਫਾਈਨਲ ਸੈਟ ਆਪਣੀ ਮਾਈਂਡ ਨਹੀਂ ਬਣਾਇਆ ਕਿ ਉਹਨਾਂ ਰੇਟ ਦੇਣੇ ਕੀ ਨੇ, ਹਜੇ ਮਤਲਬ ਕੰਟੇਨ ਜਿਹੜੀਆਂ ਮਤਲਬ ਉਦਾਂ ਚੇਂਜਸ ਜਿਹੜੀਆਂ ਗੌਰਮੈਂਟ ਨੇ ਕੀਤੀਆਂ ਨੇ ਉਹਦੇ ਹਿਸਾਬ ਨਾਲ ਉਹਨਾਂ ਨੇ ਰੇਟ ਮਤਲਬ ਆਪਣੇ ਵੱਲੋਂ ਡਿਕਲੇਅਰ ਨਹੀਂ ਕੋਈ ਕੀਤਾ ਹਾਲੇ, ਜਿਹੜੇ ਇਨ ਦਾ ਫਿਊਚਰ ਮੇਰਾ ਖਿਆਲ ਹੈ ਰੇਟ ਉਹਨਾਂ ਨੂੰ ਘੱਟ ਕਰਨੇ ਪੈਣਗੇ ਬੈਂਕ। ਤੁਹਾਨੂੰ ਕੀ ਲੱਗਦਾ ਵੀ ਜੇ ਇਹ ਜਿਹੜਾ ਇਹ ਪੈਂਡੇਮਿਕ ਚੱਲ ਰਿਹਾ ਮਹਾਂਮਾਰੀ ਚੱਲ ਰਹੀ ਹੈ ਜੇ ਲੰਬਾ ਸਮਾਂ ਅੱਗੇ ਚਲੇ ਜਾਂਦੀ ਹੈ 2-3 ਮਹੀਨੇ ਜਾਂ 4 ਮਹੀਨੇ, ਅਤੇ ਤੁਸੀਂ ਆਪਣੇ ਵੱਲੋਂ ਜਿਹੜੇ ਜਿਹਨਾਂ ਨੇ ਘਰ ਲੈਣਾ ਜਾਂ ਜਿਹਨਾਂ ਦੀ ਕਲੋਜ਼ਿੰਗ ਆਉਣ ਵਾਲੀ ਹੈ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਦੇਖੋ, ਇਹਦੇ 'ਚ ਹਜੇ ਕੁਛ ਕਿਹਾ ਨਹੀਂ ਜਾ ਸਕਦਾ, ਪਰ ਜੇ ਇਹ ਹੁਣ ਲੰਬਾ ਸਮਾਂ ਚਲੇ ਗਿਆ
ਤਾਂ ਲੋਕਾਂ ਕੋਲ ਮਤਲਬ ਕੈਸ਼ ਫਲੋ ਨਹੀਂ ਰਹਿਣਾ, ਮਾਰਕੀਟ ਥੋੜ੍ਹੀ ਜਿਹੀ ਜ਼ਰੂਰ ਥੱਲੇ ਆਏਗੀ। ਠੀਕ ਹੈ। ਅੱਛਾ, ਇੱਕ ਕਿਉਂਕਿ ਹੁਣ ਸਰਕਾਰ ਵੱਲੋਂ CERB ਅਤੇ ਹੋਰ ਕੁਛ ਕੁਛ ਲੋਨਸ ਵਗੈਰਾ ਬਾਰੇ ਵੀ ਗੱਲ ਕੀਤੀ ਗਈ ਹੈ, ਜਿਵੇਂ ਸਮਾਲ ਬਿਜ਼ਨਸ ਲੋਨ ਵੀ ਸਰਕਾਰ ਦੇਣ ਬਾਰੇ ਗੱਲ ਕਰ ਰਹੀ ਹੈ, ਉਹਦੇ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਇੱਕ ਤਾਂ ਜਿਹੜੇ ਸਪੈਸ਼ਲ ਬੈਨੀਫਿਟ ਜਿਹੜੇ ਹੈਗੇ ਆ ਗੌਰਮੈਂਟ ਵੱਲੋਂ CRA ਵੱਲੋਂ ਦਿੱਤੇ ਜਾ ਰਹੇ ਨੇ $2,000 ਪਰ ਮੰਥ, ਤੇ ਉਹਨਾਂ ਦੇ ਵਿੱਚ ਮੈਂ ਇੱਕ ਕਹੂੰਗਾ ਵੀ ਉਹ ਦਿੰਦੇ ਤਾਂ ਬੜੇ ਸੌਖੇ ਨੇ ਤੇ ਵੀ ਈਜ਼ੀ ਆ, ਪਰ ਉਹਨਾਂ ਨੂੰ ਇਹ ਅਪਲਾਈ ਕਰਨਾ ਚਾਹੀਦਾ ਜਿਨ੍ਹਾਂ ਨੂੰ ਉਹਨਾਂ ਦੀ ਜ਼ਰੂਰਤ ਹੈ, ਜਿਹੜੇ ਉਹਦੇ ਲਈ ਕੁਆਲੀਫਾਈ ਕਰਦੇ ਆ। ਤੁਸੀਂ ਕ੍ਰਾਈਟੀਰੀਆ ਆਪ ਦੇਖਣਾ ਇਹ ਕੁਆਲੀਫਾਈਂਗ ਕ੍ਰਾਈਟੀਰੀਆ ਕੀ ਹੈਗਾ, ਤੁਸੀਂ ਵਾਕਈ ਕੁਆਲੀਫਾਈ ਕਰਦੇ ਹੋ, ਕਿਉਂਕਿ ਮੇਰਾ ਖਿਆਲ ਮੰਥ ਦਾ ਹਰ ਮਹੀਨੇ ਤੁਹਾਨੂੰ ਅਪਲਾਈ ਕਰਨਾ ਪੈਣਾ, ਹਾਂਜੀ, ਤੇ ਉਹਦੇ ਹਿਸਾਬ ਨਾਲ ਤੁਸੀਂ ਦੇਖ ਕੇ ਕਰੋ, ਤਾਂ ਇਹ ਨਾ ਹੋਵੇ ਕਿ ਕਿਤੇ ਮੁੜ ਕੇ ਤੁਹਾਡੀ ਫਿਰ ਗੌਰਮੈਂਟ ਕਦੇ ਨਾ ਕਦੇ ਤਾਂ ਇਹਦਾ ਆਡਿਟ ਕਰੂਗੀ, ਫਿਰ ਕਰਨਗੇ ਤੇ ਫਿਰ ਤੁਹਾਨੂੰ ਪੈਨਲਟੀ ਨਾਲ ਵਾਪਸ ਕਰਨੇ ਪੈਣ। ਠੀਕ ਹੈ ਮਾਨ ਸਾਹਿਬ। ਤੇ ਦੂਸਰਾ ਜਿਹੜਾ ਹਾਂਜੀ ਸਮਾਲ ਬਿਜ਼ਨਸ ਦੇ ਲਈ ਵੀ ਇਹਨਾਂ ਨੇ ਕੁਛ ਰਾਹਤ ਕੀਤੀ ਹੈ, ਪਹਿਲਾਂ ਜਿਹੜਾ ਕ੍ਰਾਈਟੀਰੀਆ ਸੀਗਾ ਕਿ ਜਿਹਨਾਂ ਨੇ ਪੇ ਰੋਲ ਜਿਹੜਾ ਹੈਗਾ ਆਊਟਗੋਇੰਗ 50,000 ਤੋਂ ਲੈ ਕੇ 1.5 million ਤੱਕ ਸੀਗਾ, ਉਹਨਾਂ ਨੇ ਹੁਣ ਇਹਦੀ ਵੀ ਲਿਮਿਟ ਘਟਾ ਦਿੱਤੀ ਹੈ, ਉਹ $20,000 ਤੋਂ 1 million ਤੱਕ ਕਰ ਦਿੱਤਾ ਹੈਗਾ। ਉਹ ਜਿਹੜੇ ਵੀ ਤੁਹਾਡੇ ਬੈਂਕ ਦੇ ਵਿੱਚ ਤੁਹਾਡਾ ਬਿਜ਼ਨਸ ਅਕਾਊਂਟ ਹੈਗਾ, ਤੁਸੀਂ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ, ਆਨਲਾਈਨ ਜਾ ਕੇ ਕਰ ਸਕਦੇ। ਠੀਕ ਹੈ ਮੰਗਲ ਸਾਹਿਬ, ਤੁਸੀਂ ਇਹ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਮੈਨੂੰ ਇੱਥੇ ਦਰਸ਼ਕਾਂ ਦੇ ਰੂਬਰੂ ਕਰ, ਸਤਿ ਸ਼੍ਰੀ ਅਕਾਲ। ਤੁਸੀਂ ਪ੍ਰੋਗਰਾਮ ਦੇਖ ਰਹੇ ਸੀ ਸਟਾਰ ਟਾਕ, ਅਤੇ ਅਗਲੇ ਹਫ਼ਤੇ ਫਿਰ ਇੱਕ ਨਵੇਂ ਗੈਸਟ ਦੇ ਨਾਲ ਤੁਹਾਡੇ ਸਾਂਝ ਪਵਾਵਾਂਗੇ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਧੰਨਵਾਦ।